हाँ जी, तुसी जुड़े हुए हो पंजाबी साहित्यक सरगर्मियां यूट्यूब चैनल दे नाल। तां इस चैनल दे माध्यम दे राही तुहाडे नाल पंजाबी साहित्य नाल जुड़ियां हुई नवीं गतिविधियां सरगर्मियां सांझियां कीतियां जांदियां। नाल नाल आपां जिहड़ा है एजुकेशन फील्ड दे नाल किसी भी तरह की कोई पोस्ट आउंदी है तां उस नाल संबंधित नवीं अपडेट तुहाडे नाल सांझी कीती जांदी है, जां होर किसी विभाग दे विच कोई पोस्ट आउंदी है उसकी रिगार्डिंग जो भी अपडेट होंगी है तुहाडे नाल सांझी कीती जांदी है। तां इस दे उपर जिहड़ा दूसरा आपां पंजाबी जबान नाल संबंधित कोई किसी भी तरह का जिहड़ा टैसट हुंदा जां कॉम्पीटेटिव एग्जाम हुंदा उस नाल संबंधित वीडियो अपलोड करदे हां। तां हुण आपां जिहड़ा है इक यूजीसी नैट एनटीए यूजीसी नैट दे विच जेआरएफ नूं टारगेट रखदे होए इक अपनी प्रैशन उत्तरां दी लड़ी चल रही है, ते उस दे नाल नाल आपां जिहड़ा है होर परिपक्व करन दे लई अपने आप नूं आपां जिहड़े प्रीवियस ईयर दे पेपर ने उहनां नूं वी विस्थार दे नाल हल करदे हुंदे आ। तां इस तों पहलां आपां 2020 दे जिहड़े पेपर सी उह हल कर चुके हां, पिछे नूं आपां शुरू कीते होए आ। तां हुण आपां दसंबर 2019 दा जिहड़ा आपणा पेपर चल रिहा सी उसदा छेवां भाग अज तुहाडे नाल सांझा करना। छेवां भाग मतलब 76 तों लै के 90 तक दे जिहड़े सवाल ने दसंबर 2019 दे पेपर दे उह तुहाडे नाल सांझे करने ने। तां इहनां दे विच जिहड़ा है इस तों अग्गे जिहड़े सवाल होणगे 90 तों तां उह आपां जिहड़े आ उसदा तरीका तुहानूं दस्सिया होया कॉम्प्रीहेंशन वाले ने पहरे वाले ने। तां अज दे जिहड़े आपणे सवाल ने इह इहनां नूं आपां हल करदे हां बिना किसे देरी तों शुरू करदे हां वीडियो नूं। ਹਾਂਜੀ, ਪਹਿਲਾ ਜਿਹੜਾ ਅੱਜ ਦਾ ਸਵਾਲ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਹੈ, 76 ਨੰਬਰ ਸਵਾਲ। ਕਿੱਸਾ ਰਚਨਾ ਤੇ ਛੰਦ ਦੱਸਣਾ ਹੈਗਾ ਕਿਹਨਾਂ ਦੀ ਰਚਨਾ ਹੈਗੀ ਆ। ਠੀਕ ਹੈ, ਤਾਂ ਇਹਦੇ ਵਿੱਚ ਨੀਚੇ ਆਪਸ਼ਨਾਂ ਦਿੱਤੀਆਂ ਹੋਈਆਂ ਨੇ, ਹੀਰ ਵਾਰਿਸ ਤੇ ਸੱਦ, ਹੀਰ ਦਮੋਦਰ ਤੇ ਦਵਈਆ, ਸੋਹਣੀ ਮਹੀਵਾਲ, ਭਗਵਾਨ ਸਿੰਘ ਕਬਿੱਤ, ਮਿਰਜ਼ਾ ਸਾਹਿਬਾ ਪੀਲੂ ਤੇ ਬੈਂਤ ਛੰਦ ਦੇ ਵਿੱਚ। ਠੀਕ ਹੈ ਜੀ, ਤਾਂ ਇਹਦੇ ਵਿੱਚੋਂ ਆਪਣਾ ਜਿਹੜਾ ਰਾਈਟ ਆਨਸਰ ਬਣੇਗਾ ਉਹ ਨੀਚੇ ਆਪਸ਼ਨਾਂ ਦੇ ਅਕੋਰਡਿੰਗ ਜਿਹੜਾ ਦੂਜਾ ਆਪਣਾ ਬਣੇਗਾ, ਕਿਉਂਕਿ ਹੀਰ ਵਾਰਿਸ ਨੇ ਜਿਹੜੀ ਹੈ ਉਹ ਬੈਂਤ ਛੰਦ ਦੇ ਵਿੱਚ ਲਿਖੀ ਆ, ਸੱਦ ਦੇ ਵਿੱਚ ਨਹੀਂ ਲਿਖੀ। ਸੱਦ ਦੇ ਵਿੱਚ ਪੀਲੂ ਨੇ ਮਿਰਜ਼ਾ ਸਾਹਿਬਾ ਜਿਹੜਾ ਕਿੱਸਾ ਉਹ ਲਿਖਿਆ ਹੈਗਾ। ਹਾਂਜੀ, ਤਾਂ ਇਸ ਤਰ੍ਹਾਂ ਆਪਣੀ ਆਪਸ਼ਨ ਨੰਬਰ 2 ਜਿਹੜੀ ਹੈ ਇਸ ਦੀ ਰਾਈਟ ਬਣੇਗੀ। ਇਹਦੇ ਅਕੋਰਡਿੰਗ ਜਿਹੜਾ ਹੈ ਹੀਰ ਦਮੋਦਰ ਦਵਈਆ ਛੰਦ ਦੇ ਵਿੱਚ ਔਰ ਸੋਹਣੀ ਮਹੀਵਾਲ ਭਗਵਾਨ ਸਿੰਘ ਕਬਿੱਤ ਦੇ ਵਿੱਚ। ਹਾਂਜੀ, ਨੈਕਸਟ ਸਵਾਲ ਆਪਣਾ ਦੇਖਦੇ ਹਾਂ। ਪੰਜਾਬੀ ਦੇ ਕਵੀਆਂ ਦੀਆਂ ਵਾਰਤਕ ਪੁਸਤਕਾਂ ਦੇ ਬਾਰੇ ਹੈ। ਹਾਂਜੀ, ਕਿਹੜਾ ਜੁੱਟ ਸਹੀ ਹੈ ਇਹਨਾਂ ਦੇ ਵਿੱਚੋਂ? ਫੈਲਸੂਫੀਆ, ਜਸਵੰਤ ਦੀਦ, ਠੀਕ ਹੈ ਜੀ, ਇਹ ਗਲਤ ਹੈਗੀ ਆ ਆਪਸ਼ਨ। ਔਰ ਉਸ ਤੋਂ ਬਾਅਦ ਸੂਰਜ ਮੰਦਰ ਦੀਆਂ ਪੌੜੀਆਂ, ਸਰਜੀਤ ਪਾਤਰ, ਇਹ ਰਾਈਟ ਆਨਸਰ ਹੈ ਇਸਦਾ। ਠੀਕ ਹੈ ਜੀ, ਤਾਂ ਇਹ ਜਿਹੜਾ ਇਸਦਾ ਰਾਈਟ ਆਨਸਰ ਹੈ, ਸੂਰਜ ਮੰਦਰ ਦੀਆਂ ਪੌੜੀਆਂ, ਸਰਜੀਤ ਪਾਤਰ। ਸਾਹਿਤ ਦੇ ਸਿਕੰਦਰ ਸਰਜੀਤ ਹਾਂਸ ਦੀ ਨਹੀਂ ਹੈਗੀ ਇਹ, ਇਹ ਗੁਰਬਚਨ ਦੀ ਪੁਸਤਕ ਹੈ, ਇਹ ਵੀ ਸਹੀ ਨਹੀਂ। ਠੀਕ ਹੈ ਜੀ, ਇਹ ਵੀ ਨਹੀਂ ਸਹੀ ਹੈਗਾ। ਨੈਕਸਟ ਸਵਾਲ ਦੇਖਦੇ ਹਾਂ ਆਪਣਾ। ਪੰਜਾਬੀ ਸੂਫੀ ਕਾਵਿ ਦੇ ਅਧਿਐਨ ਨਾਲ ਸੰਬੰਧਿਤ ਪ੍ਰਮੁੱਖ ਵਿਦਵਾਨ ਹਨ। ਹਾਂਜੀ, ਵਿਦਵਾਨਾਂ ਦੇ ਬਾਰੇ ਦੱਸਣਾ ਕਿ ਜਿਨ੍ਹਾਂ ਨੇ ਪੰਜਾਬੀ ਸੂਫੀ ਕਾਵਿ ਦਾ ਅਧਿਐਨ ਕੀਤਾ। ਹਾਂਜੀ, ਇਹਦੇ ਵਿੱਚੋਂ ਨਿਮਨਲਿਖਤ ਦੇ ਵਿੱਚੋਂ ਤੁਹਾਨੂੰ ਮੈਂ ਰਾਈਟ ਆਪਸ਼ਨ ਜਿਹੜੀ ਇਸਦੀ ਦੱਸ ਦਿੰਦਾ ਹਾਂ। ਇਹਦੇ ਵਿੱਚ ਆਪਸ਼ਨ ਨੰਬਰ 2 ਆਪਣੀ ਜਿਹੜੀ ਹੈ ਉਹ ਰਾਈਟ ਹੋਵੇਗੀ, ਜਿਸ ਦੇ ਅਕੋਰਡਿੰਗ ਨਾਜ਼ਮ ਹੁਸੈਨ ਸੈਯਦ ਔਰ ਸਾਧੂ ਰਾਮ ਸ਼ਾਰਦਾ ਤੇ ਗੁਰਦੇਵ ਸਿੰਘ ਇਹਨਾਂ ਨੇ ਸੂਫੀ ਕਾਵਿ ਦੇ ਬਾਰੇ ਜਿਹੜੀ ਹੈ ਗੱਲਬਾਤ ਕੀਤੀ। ਇਹਨਾਂ ਦੇ ਵਿੱਚੋਂ ਜੇਕਰ ਆਪਾਂ ਆਪਸ਼ਨਾਂ ਦੇ ਵਿੱਚੋਂ ਕੱਟ ਕਰਨਾ ਹੋਵੇ ਤਾਂ ਕੁਲਬੀਰ ਸਿੰਘ ਕਾਂਗ ਪ੍ਰਮੁੱਖ ਵਿਦਵਾਨ ਨਹੀਂ ਹੈਗੇ ਇਸ ਦੇ। ਔਰ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਕੋਹਲੀ, ਕਿਸ਼ਨ ਸਿੰਘ, ਹਾਂਜੀ, ਤਾਂ ਇਸ ਦੀ ਰਾਈਟ ਆਪਸ਼ਨ ਜਿਹੜੀ ਹੈ
ਆਪਸ਼ਨ ਨੰਬਰ 2 ਬਣੇਗੀ। ਨੈਕਸਟ ਆਪਣਾ ਸਵਾਲ ਹੈਗਾ, ਸਰਸਵਤੀ ਸਟੇਜ ਸੁਸਾਇਟੀ ਦੀ ਸਥਾਪਨਾ ਸੰਬੰਧੀ ਕਿਹੜਾ ਜੁੱਟ ਸਹੀ ਹੈ, ਕਿਸ ਨੇ ਕੀਤੀ ਤੇ ਕਦੋਂ ਕੀਤੀ, ਇਹਨਾਂ ਦੇ ਵਿੱਚੋਂ ਜੁੱਟ ਦੀ ਆਪਾਂ ਪਛਾਣ ਕਰਨੀ ਆ। ਤਾਂ ਇਸ ਦੇ ਵਿੱਚ ਜਿਹੜਾ ਰਾਈਟ ਆਪਸ਼ਨ ਹੈ, ਆਪਸ਼ਨ ਨੰਬਰ 1 ਹੀ ਇਸ ਦੀ ਸਹੀ ਹੈ। ਨੌਰਾ ਰਿਚਰਡ ਦੇ ਦੁਆਰਾ 1911 ਨੂੰ ਸਰਸਵਤੀ ਸਟੇਜ ਸੁਸਾਇਟੀ ਦੀ ਜਿਹੜੀ ਸਥਾਪਨਾ ਕੀਤੀ ਗਈ, ਬਾਅਦ ਦੇ ਵਿੱਚ ਆਈਸੀ ਨੰਦਾ ਇਹਨਾਂ ਦੇ ਨਾਲ ਜੁੜ ਕੇ ਹੀ ਜਿਹੜਾ ਹੈ ਪੰਜਾਬੀ ਨਾਟਕ ਆਪਣੀ ਜਿਹੜੀ ਸਥਾਪਿਤ ਹੁੰਦਾ ਹੈਗਾ। ਹਾਂਜੀ, ਨੈਕਸਟ ਆਪਣੇ ਕੋਲ ਹੈ ਨਸਲਵਾਦ ਦੀ ਸਮੱਸਿਆ ਨੂੰ ਲੈ ਕੇ ਲਿਖੀਆਂ ਗਈਆਂ ਕਹਾਣੀਆਂ ਹਨ। ਨਸਲਵਾਦ ਦੀ ਸਮੱਸਿਆ ਨੂੰ ਲੈ ਕੇ ਲਿਖੀਆਂ ਗਈਆਂ ਕਹਾਣੀਆਂ, ਤਾਂ ਬਹੁਤ ਡੀਪਲੀ ਜਿਹੜੇ ਸਵਾਲ ਦੇਖਣ ਨੂੰ ਮਿਲਦੇ ਆ ਪੇਪਰ ਦੇ ਵਿੱਚ। ਹਾਂਜੀ, ਤਾਂ ਇਹਦੇ ਵਿੱਚੋਂ ਜਿਹੜਾ ਹੈ ਤੁਹਾਨੂੰ ਡਾਇਰੈਕਟ ਦੱਸ ਦਿੰਦਾ ਹਾਂ, ਆਪਸ਼ਨ ਨੰਬਰ ਆਪਣੀ ਜਿਹੜੀ ਹੈ 3 ਸਹੀ ਬਣੇਗੀ। ਠੀਕ ਹੈ ਜੀ, ਤਾਂ ਇਹਦੇ ਅਕੋਰਡਿੰਗ ਖੁਸ਼ ਫਹਿਮੀ, ਫਿੱਟਿਆ ਦੁੱਧ, ਕਾਲਾ ਲਹੂ, ਠੀਕ ਹੈ, ਮਦਾਖਲ, ਖੱਟੀ ਲੱਸੀ ਦਾ ਗਲਾਸ, ਤੀਸਰੀ ਅੱਖ, ਔਰ ਦੋ ਕਿਨਾਰੇ, ਉਸਤਰੇ ਤੇ ਵਾਪਸੀ, ਜਿਹੜੇ ਆਪਸ਼ਨ ਨੰਬਰ 3 ਇਸ ਦੇ ਵਿੱਚ ਨਹੀਂ ਆਵੇਗੀ। ਠੀਕ ਹੈ ਜੀ, ਵੈਸੇ ਰਾਈਟ ਇਹਦੀ ਆਪਸ਼ਨ ਨੰਬਰ 3 ਬਣੇਗੀ, ਤੇ ਜਿਹੜੀਆਂ ਇਹ ਆਪਸ਼ਨਾਂ ਦਿੱਤੀਆਂ ਇਹਨਾਂ ਦੇ ਵਿੱਚੋਂ 3 ਸਹੀ ਨਹੀਂ ਹੈਗੀ। ਨਸਲਵਾਦ ਦੇ ਨਾਲ ਜਿਹੜੀਆਂ ਕਹਾਣੀਆਂ ਨੇ ਬਾਕੀ ਸਾਰੀਆਂ ਨੇ, ਸਿਰਫ ਤੀਜੇ ਨੂੰ ਛੱਡ ਕੇ। ਹਾਂਜੀ, ਨੈਕਸਟ ਆਪਣੇ ਕੋਲ ਸਵਾਲ ਹੈਗਾ, ਮਈਏ ਤੇਰੇ ਸ਼ੈਨ ਸ਼ੈਨ ਸ਼ੈਨੇ ਜਾਂ ਬਾਜੇ, ਤੇਰੇ ਘੰਟੇ ਘਣ ਘਣ ਉਜਲਾਈ, ਤੇਰੇ ਸਹਿਜ ਇਸ਼ਨਾਨ ਕੋ ਰਲੀਏ ਗੰਗਾ, ਮਹਾਂਦੇਵ ਕੀ ਜਟਾਂ ਸੋ ਛੋਟ ਆਈ, ਭੀਮ ਸੈਨ ਮਹਾਂਬਲੀ ਯੋਧਾ, ਕਰ ਜੋਰ ਧਵਾਏ ਤੈਸਾ ਫਲ ਪਾਈ। ਇਹ ਛੰਦ ਕਿਸ ਪੰਜਾਬੀ ਵਾਰ ਦੇ ਵਿੱਚੋਂ ਜਿਹੜਾ ਲਿਆ ਗਿਆ, ਇਹ ਆਪਾਂ ਜਿਹੜਾ ਦੱਸਣਾ। ਤਾਂ ਇਹਦੇ ਵਿੱਚੋਂ ਜਿਹੜੀ ਰਾਈਟ ਆਪਸ਼ਨ ਆਪਣੇ ਕੋਲ ਹੈਗੀ ਆ, ਉਹ ਆਪਸ਼ਨ ਨੰਬਰ 4 ਬਣੇਗੀ, ਆਗਰੇ ਦੀ ਵਾਰ ਹਕੀਕਤ ਰਾਏ ਦੇ ਵਿੱਚੋਂ ਇਹ ਜਿਹੜੀਆਂ 17 ਜਾਂ ਇਹ ਜਿਹੜਾ ਛੰਦ ਹੈ ਉਹ ਲਿਆ ਗਿਆ ਹੈਗਾ। ਹਾਂਜੀ, ਨੈਕਸਟ ਆਪਣੇ ਕੋਲ ਸਵਾਲ ਹੈਗਾ, ਸਮਰੂਪੀ ਤੇ ਸਮ ਵਰਗੀ ਵਿਅੰਜਨਾਂ ਦੀ ਤਰਤੀਬ ਦੱਸਣੀ ਹੈ। ਸਮਰੂਪੀ ਤੇ ਸਮ ਵਰਗੀ ਵਿਅੰਜਨਾਂ ਦੀ ਤਰਤੀਬ, ਇਸ ਦੇ ਵਿੱਚੋਂ ਰਾਈਟ ਜਿਹੜੀ ਆਪਸ਼ਨ ਆਪਣੇ ਕੋਲ ਹੈਗੀ ਆ, ਦੁੱਤ ਵਿਅੰਜਨ। ਹਾਂਜੀ, ਆਪਸ਼ਨ ਨੰਬਰ 1 ਇਸਦਾ ਰਾਈਟ ਆਂਸਰ ਹੈ। ਨੈਕਸਟ ਸਵਾਲ ਹੈਗਾ, ਲੋਕ ਨਾਚ ਦੇ ਪ੍ਰਮੁੱਖ ਲੱਛਣ ਜਿਹੜੇ ਦੱਸਣੇ ਆ, ਲੋਕ ਨਾਚ ਦੇ ਪ੍ਰਮੁੱਖ ਲੱਛਣ। ਹਾਂਜੀ, ਤਾਂ ਇਹਦੇ ਵਿੱਚੋਂ ਆਪਣੀ ਜਿਹੜੀ ਰਾਈਟ ਆਪਸ਼ਨ ਜਿਹੜੀ ਬਣਨੀ ਆ ਉਹ ਆਪਸ਼ਨ ਨੰਬਰ 3 ਬਣੇਗੀ। ਠੀਕ ਹੈ ਜੀ, ਪ੍ਰਮੁੱਖ ਲੱਛਣ ਹੁਣ ਕਿਹੜੇ ਕਿਹੜੇ ਨੇ ਇਹਦੇ ਲੋਕ ਨਾਚ ਦੇ, ਇਹ ਸਹਿਜ ਸੁਭਾਅ ਹੁੰਦਾ ਹੈ, ਇਸ ਦੀਆਂ ਅਦਾਵਾਂ ਸਧਾਰਨ ਜ਼ਿੰਦਗੀ ਵਿੱਚੋਂ ਹੁੰਦੀਆਂ ਹਨ। ਤਾਂ ਨੈਕਸਟ ਹੈ ਇੱਕ ਸਹੀ ਜਿਹੜੀ ਦੂਸਰੇ ਇਹ ਮੁੱਖ ਲੱਛਣ ਹੈ, ਇਸ ਵਿੱਚ ਸਮਾਪਤਾ ਹੁੰਦੀ ਹੈ, ਇਸ ਨੂੰ ਕਿਸੇ ਵਿਸ਼ੇਸ਼ ਟੇਸਟ ਸਜਾਵਟ ਦੀ ਲੋੜ ਨਹੀਂ ਹੁੰਦੀ। ਤਾਂ ਆਪਸ਼ਨ ਨੰਬਰ 3 ਇਸਦਾ ਰਾਈਟ ਹੈਗਾ। ਹਾਂਜੀ, ਨੈਕਸਟ ਆਪਣੇ ਕੋਲ ਸਵਾਲ ਜਿਹੜਾ ਹੈ, ਨਾਟਕਕਾਰ ਤੇ ਨਾਟ ਪੁਸਤਕ ਜਿਹੜੀ ਦੱਸਣੀ ਹੈਗੀ ਆ। ਹਾਂਜੀ, 84 ਨੰਬਰ ਆਪਣਾ ਸਵਾਲ ਹੈਗਾ, ਹਾਂਜੀ, ਬੁੱਲਾ ਨਾਟਕ ਨਜ਼ਮ ਹੁਸੈਨ ਸੈਯਦ ਦਾ ਨਹੀਂ ਹੈਗਾ, ਇਹ ਸ਼ਾਇਦ ਨਦੀਮ ਦਾ ਹੀ ਹੈਗਾ, ਇਹਨਾਂ ਦਾ ਹੀ ਲਿਖਿਆ ਹੋਇਆ ਇਹ। ਠੀਕ ਹੈ, ਤਾਂ ਇਸ ਕਰਕੇ ਆਪਸ਼ਨ ਨੰਬਰ 1 ਜਿਨ੍ਹਾਂ ਦੇ ਵਿੱਚ ਆ ਉਹਨਾਂ ਨੂੰ ਆਪਾਂ ਡਾਇਰੈਕਟ ਕੱਟ ਦਿੰਦੇ ਹਾਂ। ਹਾਂਜੀ, ਇਹ ਨਹੀਂ ਆ ਸਕਦੇ, 1 ਤੇ 3 ਨਹੀਂ ਆ ਸਕਦੇ ਇਸਦੇ। ਤਾਂ ਨੈਕਸਟ ਜਿਹੜਾ ਹੈ ਇਹਦੇ ਵਿੱਚ ਤਖ਼ਤ ਲਾਹੌਰ,
हाँ जी नेक्स्ट ये जो राइट आंसर बनेगा वो ऑप्शन नंबर 4 बनेगी अपने को। एक तो जोड़ा है बोल मिट्टी दे बावे आ सजाद हैदर का, तो दूसरा जोड़ा है कोकनस असहाक मुहम्मद का। ये नाटक इन्हों के जोड़े आ लिखे हुए ने इन्ह नाटककारा के, तो ऑप्शन नंबर 4 अपनी इस दे नाल राइट बनेगी। हाँ जी नेक्स्ट सवाल है समाज भाषा विज्ञान अनुसार भाषा के आधार मूलक तत्व हैं। समाज भाषा विज्ञान अनुसार भाषा के आधार मूलक तत्वों की गल की है, आधार मूलक तत्व तां भाषक बनतर अते समाजिक रूप, समाजिक बनतर ते भाषा प्रयोग, यही राइट आंसर बनेगा इसका ऑप्शन नंबर 2। समाजिक बनतर अते भाषा का प्रयोग, ये समाज भाषा के अनुसार जिहड़े इस दे आधार मूलक तत्व हैं। हाँ जी नैक्सट अपने को है 86 नंबर सवाल, यादू टूने दियां किस्मां दा किहड़ा जुट सही नहीं है। यादू टूने दियां किस्मां दा किहड़ा जुट सही नहीं है, तो इस दे विच भलावां जादू हुंदा बिल्कुल, लागवां भी हुंदा, आ लागवां जादू कोई नहीं हुंदा, इस करके यही इस दा राइट आंसर बनेगा ऑप्शन नंबर 1। ते बाकी सही ने चिट्टा काला भलावां, चिट्टा भावात्मक अभावात्मक। हाँ जी बाकी सही ने। नेक्स्ट अपने को सवाल है 87 नंबर, जिस दे विच अपना जड़ा है इसका मिलान करना सूची का, तो इस दे विच सूची का मिलान करन लग्या तुहानू दस्या सीगा सब तो पहला कि जूलिया कस्तेवा दिते हुए ने इधर, ते अंतर पाठात्मकता का इन्हों का जोड़ा संकल्प हैगा, तो डायरैक्ट जोड़ा आप समय की बचत किस तरह कर सकते होंने ये तुम्हें दस्या सी, तो ये इस तरह आप इन्हों डायरैक्ट मिलान करके ऑप्शनों के लभना कि जोड़ा बी दे विच एक है किन्नियां दे विच है, तो सिर्फ 3 दे विच आपां दिखाई दे रहा देखो तुसीं। हाँ जी तो ऑप्शन नंबर 3 अपना चुप चाप आप जोड़ा इसका राइट लगा सकते हैं, टाइम की बचत कर सकते हैं। पूरा सवाल हल करते हैं, तो किरत ते पाठ रौला बारत ये हो गया, कारज ते प्रकारज वलादीमीर प्रॉप, बहुनादी ते संवादी मखाइल बख्तर। हाँ जी ऑप्शन नंबर 3 इसका राइट है। नेक्स्ट अपने को सवाल है सभ्याचारक परिवर्तन दियां विकासमई प्रक्रियावां हन। सभ्याचारक परिवर्तन दियां विकासमई प्रक्रियावां हन, तो ये सभ्याचारक इनकलाब नहीं आना, सभ्याचारक इनकलाब नहीं आना। हाँ जी किन्नियां ऑप्शनां ਇਹਦੇ ਵਿੱਚ ਵੀ ਹੈ ਇੱਧਰ ਵੀ ਇੱਧਰ ਵੀ, ਇਸ ਤਰ੍ਹਾਂ ਆਪਣੇ ਆਪਸ਼ਨ ਨੰਬਰ 2 ਆਪਣੇ ਕੋਲੇ ਰਾਈਟ ਜਿਹੜੀ ਇਸ ਦੀ ਬਣੇਗੀ, ਸੱਭਿਆਚਾਰਕ ਖੰਡਾਓ ਔਰ ਸੱਭਿਆਚਾਰਕ ਹਮਲਾ ਤੇ ਸੱਭਿਆਚਾਰੀ ਕਰਨ। ਹਾਂਜੀ ਨੈਕਸਟ ਸਵਾਲ ਹੈ ਪਾਕਿਸਤਾਨੀ ਪੰਜਾਬੀ ਕਹਾਣੀ ਸੰਗ੍ਰਹਿ ਦੇ ਸਹੀ ਜੁੱਟ ਹਨ। ਹਾਂਜੀ ਇਹ ਇਹਦੇ ਵਿੱਚ ਜਿਹੜਾ ਹੈ ਅਧੂਰੀਆਂ ਵਾਟਾਂ ਅਧੂਰੀਆਂ ਤੇ ਖੁਰੇ ਹੋਏ ਰੰਗ, ਵਾਟਾਂ ਅਧੂਰੀਆਂ ਤੇ ਖੁਰੇ ਹੋਏ ਰੰਗ, ਵਗਦਾ ਪਾਣੀ ਤੇ ਟਾਵਾਂ ਟਾਵਾਂ ਤਾਰਾ, ਵਗਦਾ ਪਾਣੀ ਟਾਵਾਂ ਟਾਵਾਂ ਤਾਰਾ, ਇਹ ਜਿਹੜੀਆਂ ਕਹਾਣੀਆਂ ਨੇ ਕਹਾਣੀ ਸੰਗ੍ਰਹਿ ਨੇ ਮਨਸ਼ਾ ਸਿੰਘ ਯਾਦ ਦੇ ਨੇ, ਇਹ ਬਿਲਕੁਲ ਰਾਈਟ ਹੈ ਆਪਸ਼ਨ ਨੰਬਰ 4, ਵਗਦਾ ਪਾਣੀ ਤੇ ਟਾਵਾਂ ਟਾਵਾਂ ਤਾਰਾ, ਔਰ ਉਸ ਤੋਂ ਬਾਅਦ ਲਹੂ ਦੀ ਖੁਸ਼ਬੋ ਤੇ ਕੱਚੀਆਂ ਕੰਧਾਂ, ਇਹ ਸਲੀਮ ਖਾਂ ਗਿੰਨੀ, ਸਲੀਮ ਖਾਂ ਗਿੰਨੀ ਦੇ ਜਿਹੜੇ ਕਹਾਣੀ ਸੰਗ੍ਰਹਿ ਨੇ, ਤੇ 1 ਤੇ 4 ਜਿਹੜਾ ਹੈ ਆਪਸ਼ਨ ਨੰਬਰ 3 ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਇਸਦਾ
ਰਾਈਟ ਆਨਸਰ ਹੈ। ਬਾਕੀਆਂ ਦੇ ਜਿਹੜਾ ਹੈ ਇਹ ਕਹਾਣੀ ਸੰਗ੍ਰਹਿ, ਜਦੋਂ ਮੈਨੂੰ ਪਤਾ ਲੱਗੇ ਤਾਂ ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਇਹ ਰਾਈਟ ਨੇ ਜਾਂ ਨਹੀਂ। ਹਾਂਜੀ, ਨੈਕਸਟ ਆਪਣੇ ਕੋਲ ਅੱਜ ਦਾ ਆਪਣਾ ਲਾਸਟ ਸਵਾਲ ਹੈ, ਵਿਆਹ ਦੀਆਂ ਰਸਮਾਂ ਦਾ ਸਹੀ ਕ੍ਰਮ ਹੈ ਜਾਂ ਸਹੀ ਕ੍ਰਮ ਕਿਹੜਾ ਹੈ? ਤਾਂ ਇਹਦੇ ਵਿੱਚ ਗੰਢ ਫੇਰਨਾ, ਸਭ ਤੋਂ ਪਹਿਲਾਂ ਗੰਢ ਭੇਜੀ ਜਾਂਦੀ ਵਿਆਹ ਦੀ, ਫਿਰ ਬੱਕਲੀਆਂ ਵੰਡੀਆਂ ਜਾਂਦੀਆਂ ਅਤੇ ਮਾਈਏ ਪੈਣਾ। ਇਹ ਆਪਸ਼ਨ ਇਹ ਵੀ ਰਾਈਟ ਹੈ। ਨੈਕਸਟ ਵੀ ਦੇਖ ਲੈਂਦੇ ਹਾਂ, ਗੋਤ ਕਨਾਲਾ, ਬੱਕਲੀਆਂ ਵੰਡਣੀਆਂ, ਜੰਡੀ ਵੱਢਣਾ। ਹਾਂਜੀ, ਇਹ ਇਦੋਂ ਪਹਿਲਾਂ ਆਉਣਾ ਸੀ, ਇਹ ਤਰਤੀਬ ਦੇ ਵਿੱਚ ਨਹੀਂ ਹੈਗਾ। ਬੱਕਲੀਆਂ ਵੰਡਣਾ ਪਹਿਲਾਂ ਆਉਣਾ ਸੀ, ਜੰਡੀ ਵੱਢਣਾ, ਗੰਢ ਫੇਰਨਾ, ਇਹ ਜਮਾਂ ਹੀ ਗਲਤ। ਗੰਢ ਫੇਰਨਾ ਸਭ ਤੋਂ ਅੱਗੇ ਆਉਣਾ ਸੀਗਾ। ਹਾਂਜੀ, ਫਿਰ ਮਾਈਏ ਪੈਣਾ, ਇੱਥੇ ਵੀ ਗੰਢ ਫੇਰਨਾ ਜਿਹੜਾ ਲਾਸਟ 'ਤੇ ਦਿੱਤਾ ਹੋਇਆ ਅੱਗੇ ਆਉਣਾ ਸੀ, ਤਰਤੀਬ ਦੇ ਵਿੱਚ ਨਹੀਂ। ਤਾਂ ਇਸ ਤਰ੍ਹਾਂ ਆਪਣੇ ਕੋਲ ਆਪਸ਼ਨ ਨੰਬਰ 1 ਇਸ ਦੀ ਜਿਹੜੀ ਹੈ ਉਹ ਰਾਈਟ ਹੈਗੀ ਆ। ਹਾਂਜੀ, ਇਹ ਜਿਹੜੇ ਸੀਗੇ ਆਪਣੇ ਅੱਜ ਦੇ ਸਵਾਲ ਸੀਗੇ। ਤੇ ਨੈਕਸਟ ਜਿਹੜੇ 10 ਸਵਾਲ ਰਹਿੰਦੇ ਨੇ ਉਹ ਪਹਿਰੇ ਵਾਲੇ ਨੇ, ਉਹ ਤੁਸੀਂ ਆਪਣੇ ਆਪ ਕਰਨੇ ਨੇ, ਠੀਕ ਹੈ? ਪਹਿਰਾ ਤੁਸੀਂ ਜਿਹੜਾ ਹੈ ਹੱਲ ਕਰਨ ਦਾ ਤਰੀਕਾ ਤੁਹਾਨੂੰ ਦੱਸਿਆ ਹੀ ਸੀ। ਤਾਂ ਨੈਕਸਟ ਹੁਣ ਆਪਾਂ ਜਿਹੜਾ ਹੈ 2019 ਜੂਨ 2019 ਦਾ ਪੇਪਰ ਸ਼ੁਰੂ ਕਰਾਂਗੇ। ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਜਲਦ ਹੀ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ। ਸ਼ੁਕਰੀਆ।